ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ। ਅੱਜ ਕਿਸਾਨਾਂ ਵੱਲੋਂ ਸਮੁੱਚੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਔਰ ਅਚੇਚੇ ਤੌਰ 'ਤੇ ਰੇਲਵੇ ਕਾਰਵਾਈ ਰੋਕਣ ਦਾ ਵੀ ਐਲਾਨ ਕੀਤਾ ਗਿਆ। ਇਹਦਾ ਕਾਰਨ ਕੀ ਹੈ? ਪਿਛਲੇ ਦਿਨੀਂ ਸੈਂਟਰ ਦੀ ਸਰਕਾਰ ਵੱਲੋਂ ਇੱਕ ਕਿਸਾਨ ਵਿਰੋਧੀ ਬਿੱਲ ਪਾਸ ਕੀਤਾ ਗਿਆ ਔਰ ਕਿਸਾਨਾਂ ਨੇ ਆਪਣੇ ਵੱਲੋਂ ਬਹੁਤ ਵੱਡੀ ਜੱਦੋਜਹਿਦ ਕੀਤੀ, ਜਿਸ ਵਿੱਚ ਸਾਰੇ ਧਰਮਾਂ ਨੇ, ਸਾਰੀਆਂ ਜਥੇਬੰਦੀਆਂ ਨੇ ਇੱਕ ਮੱਤ ਹੋ ਕੇ ਸੈਂਟਰ ਸਰਕਾਰ ਦੇ ਉੱਤੇ ਦਬਾਅ ਪਾਉਣ ਵਾਸਤੇ ਵਾਰ ਵਾਰ ਅਪੀਲਾਂ ਕੀਤੀਆਂ ਕਿ ਜੋ ਤੁਸੀਂ ਕਿਸਾਨੀ ਦੇ ਨਾਲ ਪਿਛਲੇ ਲੰਮੇ ਸਮੇਂ ਤੋਂ ਧੱਕਾ ਕਰਦੇ ਆ ਰਹੇ ਹੋ, ਕਿਸਾਨੀ ਦੀਆਂ ਜਿੰਨੀਆਂ ਵੀ ਫਸਲਾਂ ਉਹਨਾਂ ਦੇ ਰੇਟ ਆਪਣੀ ਮਰਜ਼ੀ ਦੇ ਨਾਲ ਲਾਗੂ ਕੀਤੇ ਗਏ ਔਰ ਹੁਣ ਇੱਥੋਂ ਦੀ ਕਿਸਾਨੀ ਨੂੰ ਮਾਰਨ ਵਾਸਤੇ ਕਾਰਪੋਰੇਟ ਘਰਾਣਿਆਂ ਨੂੰ ਸਾਰਾ ਖੇਤੀ ਸੈਕਟਰ ਦੇਣ ਵਾਸਤੇ ਇੱਕ ਬਿੱਲ ਪਾਸ ਕੀਤਾ ਗਿਆ। ਇਹਦੇ ਨਾਲ ਜੰਮੂ ਕਸ਼ਮੀਰ ਦੇ ਵਿੱਚ ਪੰਜਾਬੀ ਭਾਸ਼ਾ ਦਾ ਜੋ ਵਿਸ਼ੇਸ਼ ਕਾਨੂੰਨ ਸੀ ਉਸ ਨੂੰ ਵੀ ਖਤਮ ਕਰ ਦਿੱਤਾ ਗਿਆ। ਰਾਜਸਥਾਨ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਪੰਜਵਾਂ ਦਰਜਾ ਸੀ ਉਹ ਵੀ ਖਤਮ ਕਰ ਦਿੱਤੀ ਗਈ ਔਰ ਇੱਥੋਂ ਦੀ ਜੋ ਕਿਸਾਨੀ ਹੈ ਜਿੰਨੀਆਂ ਫਸਲਾਂ ਉਹਨਾਂ ਸਾਰੀਆਂ ਫਸਲਾਂ ਨੂੰ ਅਮੀਰ ਘਰਾਣਿਆਂ ਨੂੰ ਵੇਚਣ ਦੇ ਹੱਕ ਹਕੂਕ ਦਿੱਤੇ ਗਏ ਔਰ ਇੱਥੋਂ ਦਾ ਨਿੱਜੀ ਜੋ ਮੰਡੀਕਰਨ ਹੈ ਉਹ ਸਾਰਾ ਖਤਮ ਕਰ ਦਿੱਤਾ ਗਿਆ। ਜੇਕਰ ਕਿਸਾਨੀ ਖਤਮ ਹੁੰਦੀ ਹੈ, ਜੇਕਰ ਸਾਰਾ ਜਿੰਨਾ ਵੀ ਕਿਸਾਨੀ ਖੇਤਰ ਹੈ ਕੁਝ ਘਰਾਣਿਆਂ ਦੇ ਹੱਥਾਂ ਦੇ ਵਿੱਚ ਦੇ ਦਿੱਤਾ ਜਾਂਦਾ ਹੈ ਤਾਂ ਪੰਜਾਬ ਹੀ ਨਹੀਂ ਬਲਕਿ ਹਿੰਦੁਸਤਾਨ, ਸਾਰੀ ਦੁਨੀਆ ਦੇ ਵਿੱਚ ਕਿਸਾਨ ਦੇ ਨਾਲ ਇਹ ਬਹੁਤ ਵੱਡਾ ਬੇਇਨਸਾਫੀ ਔਰ ਜ਼ੁਲਮ ਅਤੇ ਧੱਕਾ ਹੋਏਗਾ, ਕਿਉਂਕਿ ਕਿਸਾਨ ਹੀ ਦੁਨੀਆ ਦੀ ਰੀੜ੍ਹ ਦੀ ਹੱਡੀ ਹੈ। ਕਿਸਾਨਾਂ ਦੇ ਕਾਰਨ ਹੀ ਸਾਰੀ ਦੁਨੀਆ ਦੇ ਵਪਾਰ, ਕਾਰੋਬਾਰ, ਮਜ਼ਦੂਰ ਵਰਗ, ਵਪਾਰੀ ਵਰਗ, ਪੂੰਜੀਪਤੀ ਸਾਰੇ ਕਿਸਾਨ ਦੇ ਸਿਰ 'ਤੇ ਪਲਦੇ ਆ। ਇਸ ਕਰਕੇ ਕਿਸਾਨ ਜਥੇਬੰਦੀਆਂ ਵੱਲੋਂ ਜੋ ਬੰਦ ਦਾ ਸੱਦਾ ਦਿੱਤਾ ਗਿਆ, ਅਸੀਂ ਪਹਿਲਾਂ ਵੀ ਅਪੀਲ ਕਰਕੇ ਉਸ ਦਾ ਪੂਰਨ ਰੂਪ 'ਚ ਸਮਰਥਨ ਦਿੱਤਾ ਗਿਆ। ਰੇਲ ਰੋਕੋ, ਆਵਾਜਾਈ ਨੂੰ ਵੀ ਰੋਕਣ ਵਾਸਤੇ ਇਹ ਧਰਨੇ ਦਿੱਤੇ ਜਾ ਰਹੇ ਆ ਔਰ ਸਮੁੱਚਾ ਸੰਤ ਸਮਾਜ, ਅੱਜ ਸੰਤ ਸਮਾਜ ਦੀਆਂ ਖਾਸ ਸ਼ਖਸੀਅਤਾਂ ਇਸ ਧਰਨੇ ਦੇ ਵਿੱਚ ਆਪਣੀ ਹਾਜ਼ਰੀ ਲਵਾਉਣ ਆਈਆਂ, ਜਿਨ੍ਹਾਂ ਵਿੱਚ ਸੰਤ ਬਾਬਾ ਸੱਜਣ ਸਿੰਘ ਜੀ, ਗੁਰੂ ਕਬੀਰ ਸਾਹਿਬ ਵਾਲੇ, ਸੰਤ ਬਾਬਾ ਗੁਰਭੇਜ ਸਿੰਘ ਜੀ ਬੁਲਾਰੇ ਸੰਤ ਸਮਾਜ, ਸੰਤ ਬਾਬਾ ਮਮਤਾ ਸਿੰਘ ਜੀ ਮੁੰਡੇ ਪਿੰਡ ਵਾਲੇ, ਸੰਤ ਬਾਬਾ ਦਰਸ਼ਨ ਸਿੰਘ ਜੀ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ, ਸੰਤ ਬਾਬਾ ਸੁਖਵੰਤ ਸਿੰਘ ਜੀ ਚੰਨਣਕਿਆਂ ਵਾਲੇ, ਸੰਤ ਬਾਬਾ ਈਸ਼ਵਰਾਨੰਦ ਜੀ ਫੇਰੂਮਾਨ ਤੋਂ ਔਰ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਸਰਦਾਰ ਅਮਰਵੀਰ ਸਿੰਘ ਜੀ ਢੋਟ ਅਤੇ ਹੋਰ ਵੀ ਸੰਤ ਮਹਾਂਪੁਰਖ ਵੱਡੀ ਗਿਣਤੀ ਵਿੱਚ ਇਸ ਧਰਨੇ ਦੇ ਵਿੱਚ ਆਪਣੀ ਹਾਜ਼ਰੀ ਲਵਾਉਣ ਆਏ ਹੈ ਔਰ ਅਸੀਂ ਸੈਂਟਰ ਦੀ ਸਰਕਾਰ ਨੂੰ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਜੋ ਤੁਸੀਂ ਪੰਜਾਬ ਦੇ ਕਿਸਾਨਾਂ ਉੱਤੇ ਔਰ ਵੱਖ ਵੱਖ ਸੂਬਿਆਂ ਦੇ ਵਿੱਚ ਜਿੰਨੇ ਵੀ ਕਿਸਾਨ ਹੈ ਜੋ ਉਹਨਾਂ 'ਤੇ ਇਹ ਅੱਤਿਆਚਾਰ ਕਰ ਰਹੇ ਹੋ, ਇਸ ਬਿੱਲ ਨੂੰ ਤੁਰੰਤ ਵਾਪਸ ਲਿਆ ਜਾਵੇ ਔਰ ਰਾਸ਼ਟਰਪਤੀ ਇਸ ਬਿੱਲ ਦੇ ਉੱਤੇ ਸਾਈਨ ਕਰਨ ਤੋਂ ਇਨਕਾਰ ਕਰਨ, ਕਿਉਂਕਿ ਇਹ ਜਿਹੜਾ ਬਿੱਲ ਬਣਾਇਆ ਗਿਆ ਇਸ ਨਾਲ ਕਿਸਾਨੀ ਦੀਆਂ ਭਾਵਨਾਵਾਂ ਨੂੰ ਬਲੂੰਦਰਿਆ ਗਿਆ, ਕਿਸਾਨਾਂ ਦੇ ਹਿਰਦਿਆਂ ਨੂੰ ਬਲੂੰਦਰਿਆ ਗਿਆ ਔਰ ਐਸਾ ਜਿਹੜਾ ਅੱਤਿਆਚਾਰ ਅਤੇ ਜ਼ੁਲਮ ਕਰਨ ਵਾਲਾ ਬਿੱਲ ਹੈ ਉਸ ਨੂੰ ਰਾਸ਼ਟਰਪਤੀ ਵਾਪਸ ਕਰਨ, ਵਾਪਸੀ ਨਾ ਕਰਨ ਉਸ ਨੂੰ ਰੱਦ ਕਰਨ ਔਰ ਕਿਸਾਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਔਰ ਜਿੰਨੀਆਂ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਪਹਿਲੇ ਲੰਮੇ ਸਮੇਂ ਤੋਂ ਜੋ ਕਾਇਦੇ ਕਾਨੂੰਨ ਬਣੇ ਆ ਉਹਨਾਂ ਨੂੰ ਬਹਾਲ ਕਰਕੇ ਬਲਕਿ ਹੋਰ ਵੀ ਕਿਸਾਨੀ ਨੂੰ ਜੋ ਸਹੂਲਤਾਂ ਦੇਣੀਆਂ ਬਣਦੀਆਂ ਉਹ ਦੇਣੀਆਂ ਚਾਹੀਦੀਆਂ। ਕਿਸਾਨਾਂ ਨੂੰ ਅੱਜ ਕਰਜ਼ੇ ਦੇ ਥੱਲੇ ਇੰਨਾ ਦੱਬ ਦਿੱਤਾ ਗਿਆ ਕਿ ਕਿਸਾਨ ਅੱਜ ਆਏ ਦਿਨ ਖੁਦਕੁਸ਼ੀਆਂ ਕਰ ਰਹੇ ਆ, ਕਿਸਾਨ ਬੇਰੁਜ਼ਗਾਰ ਹੋ ਰਹੇ ਆ ਔਰ ਇਹ ਜਿਹੜਾ ਬਿੱਲ ਹੈ ਇਹ ਕਿਸਾਨਾਂ ਨੂੰ ਇੱਕ ਮਜ਼ਦੂਰ ਬਣਾਉਣ ਵਾਸਤੇ, ਪੂੰਜੀਪਤੀ ਘਰਾਣਿਆਂ ਦਾ ਇੱਕ ਉਹਨਾਂ ਨੂੰ ਅੱਗੇ ਤੋਂ ਅੱਗੇ ਉਹਨਾਂ ਦੇ ਅਧੀਨ ਕਰਨ ਵਾਸਤੇ ਇਹ ਬਹੁਤ ਵੱਡਾ ਬੇਇਨਸਾਫ ਕੀਤਾ। ਇਸ ਬੇਇਨਸਾਫੀ, ਇਸ ਜ਼ੁਲਮ ਦੇ ਖਿਲਾਫ ਅਸੀਂ ਡਟ ਕੇ ਕਿਸਾਨਾਂ ਦਾ ਸਾਥ ਦੇ ਰਹੇ ਹਾਂ ਔਰ ਇਸ ਬਿੱਲ ਦਾ ਵੀ ਪੂਰਨ ਰੂਪ ਦੇ ਵਿੱਚ ਵਿਰੋਧ ਕਰਦੇ ਹਾਂ ਔਰ ਇਹ ਬਿੱਲ ਤੁਰੰਤ ਰੱਦ ਹੋਣਾ ਚਾਹੀਦਾ। ਜੇਕਰ ਇਹ ਬਿੱਲ ਰੱਦ ਨਹੀਂ ਹੁੰਦਾ ਤਾਂ ਹਿੰਦੁਸਤਾਨ ਦੇ ਵਿੱਚ ਕਿਸਾਨ ਜਿਹੜਾ ਹੈ
हिंदुस्तान की सरकार नूं चैन नाल नहीं बैठन देवेगा। वाहिगुरु जी का खालसा।